ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਦੇ ਪਿੰਡ ਥਰੀਕੇ ਪਟਵਾਰਖਾਨੇ ਵਿੱਚ ਤੈਨਾਤ ਪਟਵਾਰੀ ਦੀਪਕ ਸਿੰਘਲਾ ਤੇ ਕੁਝ ਅਣਪਛਾਤੇ ਨੌਜਵਾਨਾਂ ਦੁਆਰਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੀਪਕ ਸਿੰਘਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਟਵਾਰੀ ਤੇ ਹਮਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇੱਥੇ ਸਾਡੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ। ਮੋਹਿਤ ਕੁਮਾਰ, ਦੀਪਕ ਸਿੰਘਲਾ, ਉਹਨਾਂ ਦੀ 26-27 ਸਾਲ ਆ। ਇੱਥੇ ਥਰੀਕੇ ਦਾ ਉਹਨਾਂ ਨੇ ਕੱਲ੍ਹ ਜੁਆਇਨ ਕੀਤਾ ਹੈਗਾ ਅਤੇ ਅੱਜ ਸੈਕਿੰਡ ਡੇ ਸੀ ਉਹਨਾਂ ਦਾ। ਮੈਨੂੰ 11 ਕੁ ਵਜੇ ਫੋਨ ਆਇਆ ਹੈਗਾ, ਮੈਂ ਉਦੋਂ ਜਗਰਾਉਂ ਸੀਗਾ ਅਤੇ ਵੀ ਕਹਿੰਦਾ ਵੀ ਮੇਰੇ ਚਾਰ ਬੰਦੇ ਆਏ ਮੇਰੇ 'ਤੇ ਸੱਟਾਂ ਸੁੱਟਾਂ ਮਾਰ ਗਏ, ਵੀ ਮੇਰੇ 'ਤੇ ਹਮਲਾ ਹੋ ਗਿਆ, ਤੂੰ ਜਲਦੀ ਆ ਜਾ। ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਦਿਆਂ ਨੂੰ ਫੋਨ ਕਰਦੇ ਜਿਹੜੇ ਨੇੜੇ ਬੈਠੇ ਨੇਗੇ। ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਉਹ ਪਹੁੰਚੇ, ਉਹ ਕਹਿੰਦੇ ਵੀ ਹੋਸਪਿਟਲ ਲੈ ਕੇ ਜਾਂਦੇ ਆ, ਕੋਈ ਬੰਦਾ ਉਹਨੂੰ ਚੱਕ ਕੇ ਲੈ ਕੇ ਗਿਆ। ਬਸ ਮੈਂ ਫਿਰ ਜਦੋਂ ਇੱਥੇ ਆਇਆ ਉਹਦੇ ਹੋਸਪਿਟਲ 'ਚ ਦਾਖਲ ਸੀਗਾ। ਹਾਂਜੀ, ਇੱਕ ਤਾਂ ਗਰਦਨ 'ਤੇ ਬਹੁਤ ਜ਼ਿਆਦਾ ਸੱਟ ਵੱਜੀ ਆ, ਗਰਦਨ ਵੱਡੀ ਵੀ ਆ। ਮੈਨੂੰ ਕੁਛ ਨਹੀਂ ਪਤਾ ਜੀ, ਘਾਪੇ ਕਹਿੰਦੇ ਆ ਕੁਛ ਵਗੈਰਾ ਜਾਂ ਕੁਛ। ਪੁਲਿਸ ਪ੍ਰਸ਼ਾਸਨ ਉਦੋਂ ਦਾ ਹੀ ਉੱਪਰ ਬੈਠਾ ਜੀ, ਪੁਲਿਸ ਪ੍ਰਸ਼ਾਸਨ ਉਦੋਂ ਦਾ ਉੱਥੇ ਬੈਠਾ ਜਦੋਂ ਦਾ ਹਮਲਾ ਹੋਇਆ ਹੈਗਾ, ਉਸ ਤੋਂ ਬਾਅਦ ਪੂਰੀ ਕਾਰਵਾਈ 'ਚ ਆ। ਦੋਸ਼ੀਆਂ ਨੂੰ ਸਜ਼ਾ ਮਿਲੇ, ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ ਸਾਡੀ ਕਿਸੇ ਨਾਲ ਵੀ। ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਦੀਪਕ ਸਿੰਘਲਾ ਜਗਰਾਉਂ ਦਾ ਰਹਿਣ ਵਾਲਾ ਹੈ ਅਤੇ ਬੀਤੇ ਦਿਨ ਹੀ ਉਸ ਵੱਲੋਂ ਆਪਣੀ ਡਿਊਟੀ ਜੁਆਇਨ ਕੀਤੀ ਗਈ ਸੀ। ਉਹਨਾਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਆਰੋਪੀ ਜਲਦ ਹੀ ਪੁਲਿਸ ਦੀ ਪਕੜ ਵਿੱਚ ਹੋਣਗੇ। 27 ਸਾਲ ਉਮਰ ਆ, ਦੀਪਕ ਸਿੰਘਲਾ ਨਾਮ ਹੈ ਇਹਨਾਂ ਦਾ, ਪਟਵਾਰੀ ਲੱਗੇ ਹੋਏ ਨੇ ਥਰੀਕੇ। ਉਹਨਾਂ 'ਤੇ ਆਫਿਸ 'ਚ ਅਟੈਕ ਹੋਇਆ ਸੀਗਾ 4 ਕੁ ਜਣਿਆਂ ਵੱਲੋਂ, ਅਨਨੋਨ ਪਰਸਨ ਨੇ। ਉਹਨਾਂ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ, ਇਹਨਾਂ ਨੂੰ ਮੈਡੀ ਸਿਟੀ ਹੋਸਪਿਟਲ 'ਚ ਦਾਖਲ ਕਰਵਾਇਆ ਸੀ। ਹਲੇ ਤਾਂ ਦੇਖ ਰਹੇ ਆ, ਡਾਕਟਰ MLR ਵਗੈਰਾ ਆਊਗੀ ਫਿਰ ਦੱਸ। ਉਹ ਨਹੀਂ, ਉਹਨਾਂ 'ਚੋਂ ਹਲੇ ਇਹਨਾਂ ਨੂੰ ਕੋਈ ਪਛਾਣ ਨਹੀਂ ਸੀ, ਜਿਨ੍ਹਾਂ ਦੇ ਅਟੈਕ ਹੋਇਆ ਪਟਵਾਰੀ ਜੀ 'ਤੇ, ਹਲੇ ਇਹਨਾਂ ਨੂੰ ਕੋਈ ਪਛਾਣ ਨਹੀਂ ਸੀ। ਲੁਧਿਆਣਾ ਤੋਂ ਕੈਮਰਾਮੈਨ ਸ਼ਵਿੰਦਰ ਦੇ ਨਾਲ ਸੁਰਿੰਦਰ ਸੋਨੀ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ। ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।